ਧਰਮ ਬਾਰੇ, ਪਹਿਲਾਂ ਕ੍ਰਿਸਚਨ ਕ੍ਰਿਸਚਨ ਧਰਮ ਬਾਰੇ ਇਹਨਾਂ ਨੇ ਕਿਹਾ ਵੀ ਫਾਦਰ ਨੂੰ ਗੋਡ ਫਾਦਰ ਬਣਾ ਦਾਂਗੇ, ਗੋਡ ਫਾਦਰ ਦਿਖਾ ਦਾਂਗੇ। ਉਸ ਤੋਂ ਬਾਅਦ ਹਰ ਕਿਤੇ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਵਿੱਚ ਭਗਵਾ ਲਹਿਰਾਵਾਂਗੇ, ਪੂਰੇ ਭਾਰਤ ਦੇ ਵਿੱਚ ਭਗਵਾ ਲਹਿਰਾਵਾਂਗੇ। ਪਰ ਜਿਸ ਤਰੀਕੇ ਦੀ ਰਾਜਨੀਤੀ ਕਰਦੇ ਆ, ਇੱਥੇ ਆ ਕੇ ਪ੍ਰੋਗਰਾਮ ਦੇ ਵਿੱਚ ਕੋਡ ਆਫ ਕੰਡਕਟ ਲੱਗਿਆ, ਪ੍ਰੋਗਰਾਮ ਦੇ ਵਿੱਚ ਆ ਕੇ ਕਹਿਣਗੇ ਵੀ ਜੋ ਸੱਚੇ ਹਿੰਦੂ ਆ, ਜੋ ਸ਼੍ਰੀ ਰਾਮ ਦੇ ਭਗਤ ਹੈ, ਉਹ ਬੀਜੇਪੀ ਨੂੰ ਵੋਟ ਪਾਉਣੀ ਹੈ। ਇਹੋ ਜਿਹੀ ਗੱਲ ਕਰਨਗੇ ਤਾਂ ਅਸੀਂ ਜਰ ਲਾਂਗੇ। ਕਾਂਗਰਸ ਕੇ ਪਾਰਸ਼ਦ ਸਚਿਨ ਗਾਲਬ ਜੀ ਨੇ ਇਹ ਕਹਾ ਹੈ ਕਿ ਮੈਂ ਭਜਨ ਸੰਧਿਆ ਮੈਂ ਕਹਿਤਾ ਹੂੰ ਜੋ ਹਿੰਦੂ ਹੈ ਉਹ ਕਾਂਗਰਸ ਕੋ ਵੋਟ ਨਾ ਦੇ, ਸਿਰਫ ਭਾਜਪਾ ਕੋ ਵੋਟ ਦੇ, ਤੋ ਯਾਰ ਉਹ ਬਿਲਕੁਲ ਨਿਰਾਧਾਰ ਹੈ, ਐਸੀ ਕੋਈ ਵੀਡੀਓ ਹੋ ਤਾਂ ਉਹ ਜ਼ਰੂਰ ਦੇ। ਉਹਨਾਂ ਨੇ ਤਾਂ ਵੀਡੀਓ ਦੇ ਵਿੱਚ ਇਹ ਵੀ ਬੋਲਿਆ ਤੁਹਾਡੇ ਕੋਲ ਪ੍ਰੂਫ ਹੈ ਕੋਈ, ਅਗਰ ਆਪਕੇ ਪਾਸ ਐਸੀ ਵੀਡੀਓ ਪਾਈ ਜਾਤੀ ਹੈ ਮੇਰੇ ਦੁਆਰਾ ਕਹੀ ਹੋਈ, ਤੋ ਮੈਂ ਖੁਦ ਕਾਰਜਕ੍ਰਮ ਰੱਦ ਕਰ ਦੂੰਗਾ। ਪਬਲਿਕਲੀ ਆਪ ਬੋਲਿਆ ਜਾ ਰਿਹਾ ਹੈ, ਇਹਨਾਂ ਨੂੰ ਰਾਜਨੀਤੀ ਦਾ ਸ਼ੌਂਕ ਹੈ, ਇਹਨਾਂ ਦਾ ਰਾਈਟ ਹੈ ਰਾਜਨੀਤੀ ਕਰਨਾ, ਪਰ ਸਟੇਜ ਤੋਂ ਭਜਨ ਗਾਇਕੀ ਦੇ ਨਾਲ ਰਾਜਨੀਤੀ ਨੂੰ ਨਾ ਜੋੜੋ। ਅਗਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਵੀ ਹਮਾਰੇ ਲਈ ਰਾਮ ਮੰਦਿਰ ਕਾ ਫੈਸਲਾ ਲਾਤੇ, ਤੋ ਮੈਂ ਉਨਕਾ ਵੀ ਨਾਮ ਲਿਤਾ, ਮੈਨੇ ਯੇ ਜ਼ਰੂਰ ਕਹਾ ਹੈ। ਪਰ ਜਿਸ ਤਰੀਕੇ ਦੀ ਰਾਜਨੀਤੀ ਕਰਦੇ ਆ, ਇੱਥੇ ਆ ਕੇ ਪ੍ਰੋਗਰਾਮ ਦੇ ਵਿੱਚ ਕੋਡ ਆਫ ਕੰਡਕਟ ਲੱਗਿਆ, ਪ੍ਰੋਗਰਾਮ ਦੇ ਵਿੱਚ ਆ ਕੇ ਕਹਿਣਗੇ ਵੀ ਜੋ ਸੱਚੇ ਹਿੰਦੂ ਆ, ਜੋ ਸ਼੍ਰੀ ਰਾਮ ਦੇ ਭਗਤ ਹੈ, ਉਹ ਬੀਜੇਪੀ ਨੂੰ ਵੋਟ ਪਾਉਣੀ ਹੈ, ਇਹੋ ਜਿਹੀ ਗੱਲ ਕਰਨਗੇ ਤਾਂ ਅਸੀਂ ਜਰ ਲਾਂਗੇ। ਉਨਸੇ ਵੀ ਮੈਂ ਨਿਵੇਦਨ ਕਰੂੰਗਾ ਕਿ ਪ੍ਰਭੂ ਰਾਮ ਕੀ ਭਜਨ ਸੰਧਿਆ ਹੈ, ਆਪ ਵੀ ਦਲ ਬਲ ਕੇ ਸਾਥ ਆਈਏ, ਪੂਰਾ ਆਪਣਾ ਸਾਰਾ ਕਾਫਲਾ ਲੈ ਕੇ ਜਾਵਾਂਗੇ, ਅਟੈਂਡ ਕਰਾਂਗੇ ਜੋ ਕਰਾਉਂਦੇ ਆ ਵਿਰੋਧ। ਇੱਕ ਤਰਫ ਤੁਸੀਂ ਇੱਕ ਤਰਫ ਕਹਿ ਰਹੇ ਹੋ ਕਿ ਉਹ ਕੈਂਸਲ ਕਰ ਦੇਣ, ਉਹਨਾਂ ਤੋਂ ਪ੍ਰੋਬਲਮ ਹੈਗੀ ਹੈ, ਨਹੀਂ ਹੋਣ ਦੇਣਾ, ਦੂਜੀ ਤਰਫ ਕਹਿ ਰਹੇ ਹੋ ਕਾਫਲਾ ਲੈ ਕੇ। ਗੱਲ ਸੁਣੋ, ਫਿਰ ਕਹਿੰਦੇ ਕਿੰਨੇ ਵਜੇ ਤੱਕ ਪ੍ਰੋਗਰਾਮ ਹੋਊਗਾ, ਪ੍ਰਭੂ ਕੀ ਇੱਛਾ ਤੱਕ, ਜਦੋਂ ਪਰ ਜਿੰਨੇ ਟਾਈਮ ਤੱਕ ਪਰਮਾਤਮਾ ਕਹਿੰਦੇ ਆ ਤਾਂ ਸਾਰਾ ਕੁਝ ਪਰਮਾਤਮਾ 'ਤੇ ਛੱਡਤਾ, ਇਸ ਤਰੀਕੇ ਦਾ ਮਾਹੌਲ ਕਿਉਂ ਕ੍ਰੀਏਟ ਕਰਦੇ? ਲਿਖੋ RSS ਕਰਾ ਦਈਏ, ਕਿਉਂ ਡਰਦੇ ਹੋ ਜੀ? ਫੰਡਿੰਗ RSS ਕਰ ਦਈਏ, ਫੰਡਿਡ ਬਾਏ RSS, RSS ਕਰਾ ਦਈਏ, ਕਿਉਂ ਡਰ ਲੱਗਦਾ? ਹੁਣ ਤੋਂ ਕਨਈਆ ਮਿੱਤਲ ਜਿਹੜੇ ਨੇ ਕੰਟਰੋਵਰਸੀ ਦੇ ਵਿੱਚ ਨੇ, ਇਸ ਵਾਰੀ ਕੰਟਰੋਵਰਸੀ ਹੋਈ ਹੈ ਅਤੇ ਹੋਈ ਹੈ ਸਚਿਨ ਗਾਲਬ ਦੇ ਨਾਲ। ਸਚਿਨ ਗਾਲਬ ਸਾਡੇ ਨਾਲ ਨੇ, ਗੱਲ ਕਰ ਲੈਂਦੇ ਹਾਂ, ਔਰ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੈਗਾ ਆਖਰ, ਉਹਨਾਂ ਦੀ ਵੀਡੀਓ ਵੀ ਆਈ ਹੈ, ਪਹਿਲਾਂ ਉਹਨਾਂ ਵੱਲੋਂ ਪੋਸਟ ਪਾਈ ਗਈ ਆ, ਫਿਰ ਪ੍ਰਚਾਰ ਕੀਤਾ ਗਿਆ, ਉਸ ਤੋਂ ਬਾਅਦ ਤੁਸੀਂ ਆਪਣਾ ਰਿਐਕਸ਼ਨ ਦਿੱਤਾ, ਫਿਰ ਉਹਨਾਂ ਨੇ ਵੀਡੀਓ ਪਾਈ, ਫਿਰ ਤੁਸੀਂ ਹੁਣ ਰਿਐਕਸ਼ਨ ਦੇ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਆਖਰ ਪ੍ਰੋਬਲਮ ਕੀ ਹੈਗੀ ਹੈ? ਉਹ ਕਹਿ ਰਹੇ ਕਿ ਮੈਂ ਤਾਂ ਭਜਨ ਸੰਧਿਆ ਕਰਨ ਆ ਰਿਹਾ, 9 ਤਰੀਕ ਨੂੰ ਆ ਗਈ ਹੈਗੀ ਹੈ, ਔਰ ਕਹਿ ਰਹੇ ਕਿ ਮੈਂ ਤਾਂ ਸਚਿਨ ਨੂੰ ਵੀ ਕਹਿੰਦਾ, ਮਤਲਬ ਤੁਹਾਨੂੰ ਵੀ ਕਹਿੰਦਾ ਕਿ ਛੋਟਾ ਭਰਾ ਬਣ ਕੇ ਆਵੇ। ਜ਼ਰੂਰ ਜੀ, ਜ਼ਰੂਰ। ਪਹਿਲੀ ਗੱਲ ਤਾਂ ਇਹ ਵੀ 9 ਤਰੀਕ ਨੂੰ ਇੱਥੇ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਹੋ ਰਿਹਾ, ਕੋਡ ਆਫ ਕੰਡਕਟ ਲੱਗਿਆ, ਕੋਡ ਆਫ ਕੰਡਕਟ ਤੋਂ ਬਾਅਦ ਐਵੇਂ ਦਾ ਵੈਸੇ ਕੋਈ ਪ੍ਰੋਗਰਾਮ ਨਹੀਂ ਹੁੰਦਾ, ਜਿੱਥੇ ਇਹਨਾਂ ਨੇ ਪ੍ਰੋਗਰਾਮ ਰਖਾਇਆ, ਜਾਂ ਤਾਂ ਯੂਨੀਵਰਸਿਟੀ ਕਵੇ ਸਾਡਾ ਪ੍ਰੋਗਰਾਮ ਹੈ, ਇਹ ਕੋਈ ਯੂਨੀਵਰਸਿਟੀ ਦਾ ਪ੍ਰੋਗਰਾਮ ਨਹੀਂ, ਯੂਨੀਵਰਸਿਟੀ ਨੇ ਸਾਫ਼ ਮਨਾ ਕਰਤਾ ਹੈ ਵੀ ਹਾਂ ਸਾਡਾ ਕੋਈ ਪ੍ਰੋਗਰਾਮ ਨਹੀਂ ਐਵੇਂ ਦਾ। ਦੂਜੀ ਗੱਲ ਹੈ, ਕਾਉਂਸਲ ਦਾ ਕੋਈ ਲੈਟਰ ਹੈਡ ਨਹੀਂ ਹੈ, ਉਹਦੇ 'ਤੇ ਹੋਣਾ ਚਾਹੀਦਾ, ਉਹ ਵੀ ਨਹੀਂ ਹੈ। ਅਤੇ ਤੀਜੀ ਗੱਲ, ਅਸੀਂ ਇਹ ਕਹਿੰਦੇ ਪ੍ਰੋਗਰਾਮ ਰੋਜ਼ ਜਾਗਰਣ ਕਰੋ, ਰੋਜ਼ ਜਗਰਾਤੇ ਕਰੋ, ਕੋਈ ਇਤਰਾਜ਼ ਨਹੀਂ ਹੈ। ਮੈਂ ਆਪ ਹਿੰਦੂ ਹਾਂ, ਹਿੰਦੂ ਧਰਮ ਦੇ ਨਾਲ ਹਾਂ, ਸਾਡੇ ਦਿਲ 'ਚ ਸ਼੍ਰੀ ਰਾਮ ਜੀ ਵੱਸਦੇ ਆ, ਕੋਈ ਇਸ ਬਾਰੇ ਦਿੱਕਤ ਨਹੀਂ ਹੈਗੀ। ਪਰ ਕਨਈਆ ਮਿੱਤਲ ਇਹੋ ਜਿਹਾ ਇਨਸਾਨ ਹੈ ਜਿਹਨੇ ਜ਼ਹਿਰ ਉਗਲਿਆ ਹੈ, ਜਿਹਨੇ ਜ਼ਹਿਰ ਉਗਲਿਆ, ਹਰ ਧਰਮ ਦੇ ਬਾਰੇ, ਹਰ ਜਾਤ ਬਾਰੇ ਇਹ ਬੋਲਦਾ ਹੈ। ਧਰਮ ਬਾਰੇ, ਪਹਿਲਾਂ ਕ੍ਰਿਸਚਨ ਧਰਮ ਬਾਰੇ ਇਹਨਾਂ ਨੇ ਕਿਹਾ ਵੀ ਫਾਦਰ ਨੂੰ ਗੋਡ ਫਾਦਰ ਬਣਾ ਦਾਂਗੇ, ਗੋਡ ਫਾਦਰ ਦਿਖਾ ਦਾਂਗੇ, ਇਸ ਤਰੀਕੇ ਦੀ ਸ਼ਬਦਾਵਲੀ ਕਹੀ। ਉਸ ਤੋਂ ਬਾਅਦ ਹਰ ਕਿਤੇ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਵਿੱਚ ਭਗਵਾ ਲਹਿਰਾਵਾਂਗੇ, ਪੂਰੇ ਭਾਰਤ ਦੇ ਵਿੱਚ ਭਗਵਾ ਲਹਿਰਾਵਾਂਗੇ। ਉਹਨਾਂ ਨੇ ਤਾਂ ਵੀਡੀਓ ਦੇ ਵਿੱਚ ਇਹ ਵੀ ਬੋਲਿਆ, ਤੁਹਾਡੇ ਕੋਲ ਪ੍ਰੂਫ ਹੈ ਕੋਈ ਕਿ ਉਹ, ਉਹਨਾਂ ਨੇ ਵੀਡੀਓ ਦੇ ਵਿੱਚ ਕਿਹਾ ਕਿ ਅਗਰ ਮੈਂ ਤਾਂ ਕਹਿ ਰਿਹਾ ਕਿ ਇੱਦਾਂ ਦੀ ਗੱਲ ਕਦੇ ਨਹੀਂ ਕੀਤੀ,
ਰਾਜਨੀਤੀ ਨੂੰ ਲੈ ਕੇ ਉਹੀ ਕਹਿੰਦਾ ਸਰੇਆਮ ਝੂਠ ਬੋਲਣ ਦੀ ਆਦਤ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਮੈਂ ਦੇਖੋ ਜੀ ਮੈਂ ਪੋਲਿਟਿਕਸ ਕਰਦਾ ਮੈਂ ਸਰੇਆਮ ਕਹਿ ਰਿਹਾ ਮੈਂ ਰਾਜਨੀਤੀ ਕਰਦਾ ਚੰਗੀ ਰਾਜਨੀਤੀ ਕਰਦਾ ਮੈਂ ਕੋਈ ਹਿਡਨ ਰਾਜਨੀਤੀ ਨਹੀਂ ਕਰਦਾ ਪਰ ਉਹ ਜੋ ਰਾਜਨੀਤੀ ਕਰਦੇ ਆ ਉਹ ਹਿਡਨ ਰਾਜਨੀਤੀ ਕਰਦੇ ਆ ਆੜ 'ਚ ਧਰਮ ਦੀ ਆੜ 'ਚ ਰਾਜਨੀਤੀ ਕਰਦੇ ਆ ਭਜਨ ਗਾਓ ਬਹੁਤ ਅੱਗੇ ਬਹੁਤ ਚੰਗੇ ਭਜਨ ਗਾਇਕ ਨੇ ਬਹੁਤ ਸਾਰੇ ਭਜਨ ਗਾਇਕ ਨੇ ਕੋਈ ਵੀ ਇਕਲੌਤਾ ਪੂਰੇ ਇੰਡੀਆ ਦੇ ਵਿੱਚ ਤੁਸੀਂ ਭਜਨ ਗਾਇਕ ਦੱਸੋ ਮੈਨੂੰ ਜਿਹੜਾ ਸਟੇਜ ਦੇ ਵਿੱਚ ਸਰੇਆਮ ਕਿਸੇ ਪਾਰਟੀ ਦੀ ਸਪੋਰਟ ਕਰਦਾ ਨਰਿੰਦਰ ਚੰਚਲ ਜੀ ਵੀ ਹੈਗੇ ਲਖਵਿੰਦਰ ਲੱਖਾ ਜੀ ਵੀ ਹੈ ਸਲੀਮ ਜੀ ਵੀ ਹੈ ਸਲੀਮ ਕਨਈਆ ਮਿੱਤਲ ਨੇ ਕਿਸ ਤਰ੍ਹਾਂ ਕਨਈਆ ਮਿੱਤਲ ਨੇ ਮੈਂ ਤੁਹਾਨੂੰ ਪੋਸਟ ਦਿਖਾਉਂਦਾ ਕਨਈਆ ਮਿੱਤਲ ਸਰੇਆਮ ਦੇਖੋ ਆ ਪਾਉਂਦੇ ਹਾਂ 18 ਮਾਰਚ ਨੂੰ ਆ ਲਿਖ ਕੇ ਪਾਉਂਦੇ ਹੈ ਹਾਂਜੀ ਤਿਆਰ ਹੋ ਅਬ ਕੀ ਹੋਲੀ ਵੀ ਰਾਮ ਵਾਲੀ ਜੋ ਰਾਮ ਕੋਲ ਆਏ ਹੈ 24ਵੇਂ ਵਹੀ ਆਏਗੇ ਭਾਰਤ ਮੇਂ ਫਿਰ ਸੇ ਭਗਵਾ ਲਹਿਰਾਏਗਾ ਇਹਦਾ ਕੀ ਮਤਲਬ ਹੈ ਤੁਸੀਂ ਵੀ ਇਹਦਾ ਮਤਲਬ ਸਾਫ਼ ਤੁਸੀਂ ਬੀਜੇਪੀ ਦੀ ਸਪੋਰਟ ਕਰਦੇ ਹੋ ਅਤੇ ਇਹ ਉਹ ਪਬਲਿਕਲੀ ਆ ਬੋਲਿਆ ਜਾ ਰਿਹਾ ਇਹ ਗੱਲਾਂ ਕਿਹਦੇ ਲਈ ਨੇ ਇਹ ਗੱਲਾਂ ਸਰੇਆਮ ਸਾਫ਼ ਪਤਾ ਕਿਹਦੀ ਗੱਲ ਇਹ ਕਰੀ ਜਾਂਦੇ ਨੇ ਕਿਸ ਪਾਰਟੀ ਤੋਂ ਟਿਕਟ ਭਾਲਦੇ ਆ ਬੀਜੇਪੀ ਤੋਂ ਚੰਡੀਗੜ੍ਹ ਤੋਂ ਚੋਣ ਲੜਨੀ ਚਾਹੁੰਦੇ ਆ ਜਦੋਂ ਇਹਨਾਂ ਨੇ ਕੱਲ੍ਹ ਵਿਰੋਧ ਦੇਖਿਆ ਫਿਰ ਇਹਨਾਂ ਨੇ ਸਪਸ਼ਟੀਕਰਨ ਦਿੱਤਾ ਵੀ ਮੈਂ ਚੰਡੀਗੜ੍ਹ ਤੋਂ ਨਹੀਂ ਲੜ ਰਿਹਾ ਮੈਨੂੰ ਨਹੀਂ ਪਤਾ ਇਹਨਾਂ ਨੂੰ ਟਿਕਟ ਮਿਲੂਗੀ ਨਹੀਂ ਮਿਲੂਗੀ ਇਹਨਾਂ ਦਾ ਕੀ ਸਟੈਂਡ ਹੈ ਬਟ ਜੇ ਇਹਨਾਂ ਨੂੰ ਰਾਜਨੀਤੀ ਦਾ ਸ਼ੌਂਕ ਹੈ ਇਹਨਾਂ ਦਾ ਰਾਈਟ ਹੈ ਰਾਜਨੀਤੀ ਕਰਨਾ ਪਰ ਸਟੇਜ ਤੋਂ ਭਜਨ ਗਾਇਕੀ ਦੇ ਨਾਲ ਰਾਜਨੀਤੀ ਨੂੰ ਨਾ ਜੋੜੋ ਉਸ ਕਾਰਨ ਹੈ ਜਿਸ ਕਰਕੇ ਤੁਸੀਂ ਵਿਰੋਧ ਕਰ ਰਹੇ ਹੋ ਬਿਲਕੁਲ ਵਿਰੋਧ ਕਰ ਰਹੇ ਹਾਂ ਪ੍ਰੋਗਰਾਮ ਦਾ ਕੋਈ ਵਿਰੋਧ ਨਹੀਂ ਹੈ ਮੈਂ ਆਪ ਹਿੰਦੂ ਹਾਂ ਸਾਡੇ ਦਿਲ 'ਚ ਸ਼੍ਰੀ ਰਾਮ ਵਸਦੇ ਹੈ ਅਸੀਂ ਆਪ ਮੰਦਰ ਜਾਂਦੇ ਹਾਂ ਅਸੀਂ ਹਿੰਦੂ ਹੋ ਕੇ ਹਿੰਦੂਆਂ ਦਾ ਵਿਰੋਧ ਕਰਾਂਗੇ ਕਿਸੇ ਵੀ ਜਾਤ ਧਰਮ ਦਾ ਨਹੀਂ ਕਰਦੇ ਨਾ ਸਿੱਖਾਂ ਦਾ ਕਰਦੇ ਨਾ ਮੁਸਲਮਾਨਾਂ ਦਾ ਨਾ ਇਸਾਈਆਂ ਦਾ ਪਰ ਜਿਸ ਤਰੀਕੇ ਦੀ ਇਹ ਰਾਜਨੀਤੀ ਕਰਦੇ ਹੈ ਇੱਥੇ ਆ ਕੇ ਪ੍ਰੋਗਰਾਮ ਦੇ ਵਿੱਚ ਕੋਡ ਆਫ ਕੰਡਕਟ ਲੱਗਿਆ ਪ੍ਰੋਗਰਾਮ ਦੇ ਵਿੱਚ ਆ ਕੇ ਕਹਿਣਗੇ ਵੀ ਜੋ ਸੱਚੇ ਹਿੰਦੂ ਹੈ ਜੋ ਸ਼੍ਰੀ ਰਾਮ ਦੇ ਭਗਤ ਹੈ ਉਹ ਬੀਜੇਪੀ ਨੂੰ ਵੋਟ ਪਾਣੀ ਹੈ ਇਹੋ ਜੀ ਗੱਲ ਕਰਨਗੇ ਤਾਂ ਅਸੀਂ ਜਰ ਲਾਂਗੇ ਅਤੇ ਸਟੂਡੈਂਟ ਇੱਥੇ ਬਹੁਤ ਐਕਟਿਵ ਨੇ ਇਹ ਪ੍ਰੋਗਰਾਮ ਜੋ ਮਰਜ਼ੀ ਕਰਾਓ ਭਾਵੇਂ ਨਰਿੰਦਰ ਚਲਚਲ ਬੁਲਾਓ ਅਨੁਰਾਧਾ ਪੋਡਵਾਲ ਬੁਲਾਓ ਅਨੂਪ ਜਲੋਟਾ ਬੁਲਾਓ ਜਾਂ ਮਾਸਟਰ ਸਲੀਮ ਬੁਲਾਓ ਇਹਨਾਂ ਨੂੰ ਤਾਂ ਮਾਸਟਰ ਸਲੀਮ ਤੋਂ ਵੀ ਦਿੱਕਤ ਹੈ ਉਹ ਕਹਿੰਦੇ ਮੁਸਲਮਾਨ ਹੋ ਕੇ ਉਹ ਭਜਨ ਗਾਇਆ ਕਿਵੇਂ ਗਾਉਂਦਾ ਸਰਦਾਰ ਅਲੀ ਨੇ ਜੰਗਲ ਮਾਛੀਵਾੜਾ ਗਾਇਆ ਜੀ ਉਹ ਸੁਣਿਆ ਸਾਰਿਆਂ ਨੇ ਕੋਈ ਕਦੇ ਭੱਦਾ ਕਮੈਂਟ ਦੇਖਿਆ ਸੀ ਵੀ ਕੋਈ ਗਲਤ ਕਹਿੰਦਾ ਵੀ ਸਰਦਾਰ ਅਲੀ ਕਿਉਂ ਸਿੱਖ ਧਰਮ ਬਾਰੇ ਬੋਲਦਾ ਸਿੱਖ ਧਰਮ ਬਾਰੇ ਗਾਣਾ ਕਿਵੇਂ ਗਾ ਗਿਆ ਇਹ ਤਾਂ ਇਹਨਾਂ ਦੀ ਗੰਦੀ ਸੋਚ ਹੈ ਹਿੰਦੂ ਵੀ ਓਨੀ ਵੈਲਿਊ ਰੱਖਦਾ ਜਿੰਨੀ ਮੁਸਲਮਾਨ ਸਿੱਖ ਈਸਾਈ ਰੱਖਦਾ ਪਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਸਟੂਡੈਂਟ ਬੜੇ ਸਿਆਣੇ ਨੇ ਪੋਲਿਟਿਕਸ ਦੇਖਦੇ ਆ ਉਹ ਬੜੀ ਕਰੀਬੀ ਦੇ ਨਾਲ ਦੇਖਦੇ ਆ ਪਰ ਹਰ ਇੱਕ ਚੀਜ਼ ਸਮਝਦੇ ਆ ਫਿਰ ਕੀ ਚੀਜ਼ ਦਾ ਡਰ ਹੈਗਾ ਡਰ ਬਿਲਕੁਲ ਹੈ ਜੀ ਕੱਲ੍ਹ ਨੂੰ ਕਹਿ ਦਿਓ ਜੀ ਪੈਸਟਰ ਬਲਜਿੰਦਰ ਦਾ ਇੱਥੇ ਪ੍ਰੋਗਰਾਮ ਰਖਾ ਦਈਏ ਕੋਡ ਆਫ ਕੰਡਕਟ ਤੋਂ ਬਾਅਦ ਯੂਨੀਵਰਸਿਟੀ ਨੂੰ ਅਸੀਂ ਕੋਈ ਰਿਲੀਜੀਅਸ ਬੇਸ ਪੋਲਿਟਿਕ ਬੇਸ ਨਹੀਂ ਬਣਾਉਣਾ ਇਹਨਾਂ ਦਾ ਕੀ ਹੈ ਪ੍ਰੋਗਰਾਮ ਦੇਖੋ ਤੁਸੀਂ ਆਯੋਜਕ ਕੌਣ ਹੈ ਕਰਨੇ ਵਾਲੇ ਰਾਮ ਕਰਵਾਉਣੇ ਵਾਲੇ ਰਾਮ ਮਤਲਬ ਕੱਲ੍ਹ ਨੂੰ ਪਰਮਾਤਮਾ ਨਾ ਕਰੇ ਕੋਈ 19 ਹੋ ਜਾਂਦੀ ਹੈ ਕੋਈ ਪ੍ਰੋਗਰਾਮ ਦੇ ਵਿੱਚ ਮਿਸ ਹੈਪਨਿੰਗ ਹੋ ਜਾਂਦੀ ਹੈ ਇਹ ਕਹਿਣਗੇ ਤਾਂ ਭਗਵਾਨ ਰਾਮ ਨੇ ਪ੍ਰੋਗਰਾਮ ਕਰਾਇਆ ਸੀਗਾ ਇਹ ਜਾਇਜ਼ ਹੈ ਫਿਰ ਕਹਿੰਦੇ ਕਿੰਨੇ ਵਜੇ ਤੱਕ ਪ੍ਰੋਗਰਾਮ ਹੋਊਗਾ ਪ੍ਰਭੂ ਕੀ ਇੱਛਾ ਤੱਕ ਜਦੋਂ ਪਰ ਜਿੰਨੇ ਕੁ ਟਾਈਮ ਤੱਕ ਪਰਮਾਤਮਾ ਕਹਿੰਦੇ ਆ ਤਾਂ ਸਾਰਾ ਕੋਈ ਪਰਮਾਤਮਾ 'ਤੇ ਛੱਡਤਾ ਇਸ ਤਰੀਕੇ ਦਾ ਮਾਹੌਲ ਕਿਉਂ ਕ੍ਰੀਏਟ ਕਰ ਦਿਓ ਲਿਖੋ RSS ਕਰਾ ਰਹੀ ਹੈ ਕਿਉਂ ਡਰਦੇ ਹੋ ਜੀ ਫੰਡਿੰਗ RSS ਕਰ ਰਹੀ ਹੈ ਫੰਡਿਡ ਬਾਏ RSS ਕਰਾ ਰਹੀ ਹੈ ਕਿਉਂ ਡਰ ਲੱਗਦਾ ਛੋਟੇ ਛੋਟੇ ਨਿੱਕੇ ਯੂਨੀਵਰਸਿਟੀ ਦੇ ਬੱਚਿਆਂ ਤੋਂ ਫੰਡਿੰਗ ਕਰਵਾ ਰਹੇ ਹੋ ਇਹ ਕਿੱਥੇ ਤੱਕ ਜਾਇਜ਼ ਹੈ ਤੁਸੀਂ ਕਹਿ ਰਹੇ ਹੋ RSS ਫੰਡਿੰਗ ਕਰ ਰਹੀ ਹੈ ਫਿਰ ਕਹਿ ਰਹੇ ਹੋ ਕਿ ਬੱਚਿਆਂ ਤੋਂ ਫੰਡਿੰਗ ਕਰਵਾ ਰਹੇ ਹੋ ABVP ਸਟੂਡੈਂਟ ਵਿੰਗ ਹੈ ਨਾ ਬੀਜੇਪੀ ਦੀ ਬੀਜੇਪੀ ਦੀ 90 ਔਰਗਨਾਈਜੇਸ਼ਨ ਹੈ ਉਹਦੇ ਵਿੱਚ RSS ਵੀ ਹੈਗਾ ਆਪਣਾ ਬੀਜੇਪੀ ABVP BJIM ਬਹੁਤ ਜ਼ਿਆਦਾ ਬਹੁਤ ਵੱਡੀ ਵੱਡੀ ਸਟੂਡੈਂਟ ਵਿੰਗ ਵਿੱਚ ਹਿੰਦੂ ਪਰਿਸ਼ਦ ਹੈ ਤਾਂ ਇਹਦਾ ਮਿਕਸਅਪ ਹੈ ABVP ਨੇ ਦੀ ਸਟੂਡੈਂਟ ਵਿੰਗ ਹੈ ਜੋ ਮੰਨਦੀ ਨਹੀਂ ਹੈ ਅਤੇ ਫੰਡਿੰਗ ਕਰ ਰਹੀ ਉਹ ਇਕੱਠਾ ਕਰ ਰਹੀ ਹੈ ਫੰਡ ਪਰ ਲੱਗਦਾ ਕਿ ਇਸ ਇਹਨਾਂ ਦੇ ਭਜਨ ਸੰਧਿਆ ਕਰਨ ਤੋਂ ਕੁਛ ਪ੍ਰਭਾਵ ਪੈਣ ਵਾਲਾ ਪੂਰੇ ਪੰਜਾਬ ਦੇ ਵਿੱਚ ਜਾਂ ਫਿਰ ਚੰਡੀਗੜ੍ਹ ਦੀ ਚੋਣਾਂ ਦੇ ਵਿੱਚ ਦੇਖੋ ਜੀ ਪ੍ਰਭਾਵ ਪੈਣ ਵਾਲੀ ਗੱਲ ਹੈ ਐਵੇਂ ਹੌਲੀ ਹੌਲੀ ਚੀਜ਼ਾਂ ਖਰਾਬ ਹੁੰਦੀਆਂ ਨੇ ਦੇਸ਼ ਦੇ ਵਿੱਚ ਅੱਜ ਹਿੰਦੂ ਅਤੇ ਸਿੱਖ ਨੂੰ ਕੋਈ ਦਿੱਕਤ ਨਹੀਂ ਹੈ ਹਿੰਦੂ ਮੁਸਲਮਾਨ ਨੂੰ ਕੋਈ ਦਿੱਕਤ ਨਹੀਂ ਹੈ ਮਲੇਰਕੋਟਲਾ ਦੇ ਵਿੱਚ ਇੰਨੇ ਸਾਲਾਂ ਤੋਂ ਮੁਸਲਮਾਨ ਰਹਿ ਰਹੇ ਹਾਂ ਕਦੇ ਅਸੀਂ ਇਹ ਵੇਖਿਆ ਵੀ ਕਿਸੇ ਸਿੱਖ ਨੇ ਮਲੇਰਕੋਟਲੇ ਦੇ ਵਿੱਚ ਕੋਈ ਦਿੱਕਤ ਦਿੱਤੀ ਹੋਵੇ ਮੁਸਲਮਾਨ ਨੂੰ ਜਾਂ ਹਿੰਦੂ ਨੇ ਕਿ ਤੰਗ ਕੀਤਾ ਹੋਵੇ ਮੁਸਲਮਾਨ ਨੂੰ ਇਹ ਜੋ ਦੇਸ਼ ਦੀ ਹਾਰਮੋਨੀ ਖਰਾਬ ਕਰਨਾ ਚਾਹੁੰਦੇ ਕੈਂਪਸ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਕਦੇ ਅਸੀਂ ਕਿਸੇ ਧਰਮ ਜਾਤਾਂ ਵਿੱਚ ਨਹੀਂ ਗਏ ਇਹਨਾਂ ਨੇ ਕੀ ਕਰਨਾ ਇੱਕ ਇੱਕ ਸੈਕਸ਼ਨ ਐਵੇਂ ਦਾ ਕ੍ਰੀਏਟ ਕਰ ਦੇਣਾ ਵੀ ਰਾਈਟ ਅਤੇ ਲੈਫਟ 'ਤੇ ਜਾਂ ਸੈਂਟਰ ਦੇ ਵਿੱਚ ਇੰਨਾ
ਗੈਪ ਕ੍ਰੀਏਟ ਕਰਦੇ ਨਾ ਵੀ ਸਟੂਡੈਂਟ ਨੂੰ ਦੇਖ ਕੇ ਰਾਜ਼ੀ ਨਹੀਂ ਹੋਊਗਾ। ਇਹ ਕੀ ਮਤਲਬ ਬਣਦਾ, ਤੁਸੀਂ ਭਜਨ ਦੀ ਸਟੇਜ ਤੋਂ ਜਿੱਥੇ ਤੁਸੀਂ ਗਾਇਕੀ ਕਰਨੀ ਹੈ ਉੱਥੇ ਜਾ ਕੇ ਇਹ ਕਹੋ ਵੀ ਕਿਆ ਬੁਲਡੋਜ਼ਰ ਬਾਬਾ ਕੋ ਕੌਣ ਕੌਣ ਪਸੰਦ ਕਰਦਾ, ਇਹ ਗੱਲਾਂ ਕਿਸੇ ਭਜਨ ਗਾਇਕ ਨੂੰ ਕਿਸੇ ਰਾਜਨੀਤੀ ਬਾਰੇ, ਬੁਲਡੋਜ਼ਰ ਬਾਬਾ ਯੋਗੀ ਆਦਿੱਤਿਆ ਨਾਥ ਨੂੰ ਕਹਿੰਦੇ ਮੈਂ ਯੋਗੀ ਆਦਿੱਤਿਆ ਨਾਥ ਕੋ ਪਸੰਦ ਕਰਤਾ ਹੂੰ, ਆਪ ਕੌਣ ਕੌਣ ਕਰਤੇ ਹੈ, ਇਹ ਸਟੇਜ ਤੇ ਤੁਸੀਂ ਕੈਂਪੇਨਿੰਗ ਨਹੀਂ ਕਰਦੇ, ਕੀ ਕਰੀ ਜਾਂਦੇ ਹੋ? ਪਰ ਉਹ ਤਾਂ ਤੁਹਾਨੂੰ ਵੀ ਸੱਦ ਰਹੇ ਹੈ ਨਾ, ਉਹ ਕਹਿ ਰਹੇ ਕਿ ਅਗਰ ਕਹਿ ਰਹੇ ਮੈਂ ਤਾਂ ਕੋਈ ਇੱਦਾਂ ਦੀ ਗੱਲ ਕਰੂੰਗਾ ਨਹੀਂ, ਕਹਿ ਰਹੇ ਕਿ ਮੈਂ ਤਾਂ ਆਪਣੇ ਭਰਾ ਨੂੰ ਸਚਿਨ ਗਾਲਵ ਨੂੰ ਕਹਿੰਦਾ ਕਿ ਆ ਕੇ ਬਹਿ ਜਾਣ, ਫਿਰ ਜਦੋਂ ਆ ਕੇ ਤੁਸੀਂ ਬੈਠੋਗੇ ਤਾਂ ਫਿਰ ਕੀ ਮਤਲਬ, ਅਗਰ ਉਹ ਕੋਈ ਇੱਦਾਂ ਦੀ ਗੱਲ ਕਰਦੇ ਤਾਂ ਤੁਸੀਂ ਵੀ ਬੋਲਿਓ। ਮੈਂ ਕਹਿ ਰਿਹਾ ਐਤਕੀ ਤਾਂ ਡਰ ਗਏ, ਹੁਣ ਨਹੀਂ ਕਰਦੇ, ਪੂਰੇ ਜਾਵਾਂਗੇ, ਪੂਰਾ ਆਪਣਾ ਸਾਰਾ ਕਾਫਲਾ ਲੈ ਕੇ ਜਾਵਾਂਗੇ, ਅਟੈਂਡ ਕਰਾਂਗੇ ਜੋ ਕਰਾਉਂਦੇ ਆ, ਵਿਰੋਧ ਕਰਾਂਗੇ। ਇੱਕ ਤਰਫ ਤੁਸੀਂ ਇੱਕ ਤਰਫ ਕਹਿ ਰਹੇ ਹੋ ਕਿ ਉਹ ਕੈਨਸਲ ਕਰ ਦੇਣ, ਉਹਨਾਂ ਤੋਂ ਪ੍ਰੋਬਲਮ ਹੈਗੀ ਹੈ, ਨਹੀਂ ਹੋਣ ਦੇਣਾ, ਦੂਜੀ ਤਰਫ ਕਹਿ ਰਹੇ ਹੋ ਕਾਫਲਾ ਲੈ ਕੇ। ਗੱਲ ਸੁਣੋ, ਵਿਰੋਧ ਕਰਾਂਗੇ, ਠੋਕ ਕੇ ਵਿਰੋਧ ਕਰਾਂਗੇ। ਪਿਛਲੀ ਮੈਨੂੰ ਇਹ ਗੱਲ ਦੱਸੋ, ਪ੍ਰੋਗਰਾਮ ਦੇ ਵਿੱਚ ਅੱਜ ਉਹ ਕਹਿੰਦੇ ਮੈਂ ਨਹੀਂ ਕੁਝ ਬੋਲੂੰਗਾ, ਪਿਛਲਾ ਜੋ ਬੋਲਿਆ ਉਹਦੀ ਕੌਣ ਗਵਾਹੀ ਦੇਊਗਾ? ਮੈਂ ਲੈਟਰ ਦੇ ਵਿੱਚ, ਤੁਸੀਂ ਸਾਫ ਲੈਟਰ ਦਊਂਗਾ ਤੁਹਾਨੂੰ, ਮੈਂ ਲੈਟਰ ਦੇ ਵਿੱਚ ਮੈਂ ਇਹ ਲਿਖਿਆ ਪ੍ਰੋਗਰਾਮ ਨਾਲ ਕੋਈ ਦਿੱਕਤ ਨਹੀਂ ਹੈ, ਦਿੱਕਤ ਕਨਈਆ ਮਿੱਤਲ ਨਾਲ ਹੈ, ਉਹ ਮੈਨੂੰ ਬੁਲਾ ਰਹੇ ਨੇ, ਪਹਿਲੀ ਗੱਲ ਤਾਂ ਪ੍ਰੋਗਰਾਮ ਹੀ ਕਰ ਲੈਣ, ਪ੍ਰੋਗਰਾਮ ਕਰਕੇ ਦਿਖਾਉਂਦੇ ਹਾਂ, ਅਸੀਂ ਤਾਂ ਪੂਰੀ ਬਗਾਵਤ ਕਰ ਰਹੇ ਹਾਂ, ਜੋ ਕਹਿੰਦੇ ਵੀ ਪ੍ਰੋਗਰਾਮ ਸੁਣ ਲਾਂਗੇ, ਪ੍ਰੋਗਰਾਮ ਫਿਰ ਸੁਣ ਲਾਂਗੇ, ਬਹਿ ਕੇ ਸੁਣ ਲਾਂਗੇ ਉਹਨਾਂ ਦਾ, ਬਟ ਅਸੀਂ ਖਿਲਾਫਤ ਕਰਾਂਗੇ ਉਹਨਾਂ ਦੇ ਪ੍ਰੋਗਰਾਮ ਦੀ, ਕਨਈਆ ਮਿੱਤਲ ਨਹੀਂ ਆਉਣੇ ਚਾਹੀਦੇ, ਕੋਈ ਵੀ ਸਿੰਗਰ ਆ ਜਾਵੇ। ਸਵਾਲ ਪੁੱਛੋਗੇ ਪਹਿਲਾਂ ਵਾਲੇ ਜਿਹੜੇ ਸਕਰੀਨਸ਼ਾਟ ਸਭ ਵੀ ਫਿਰਦੇ ਹੋ, ਜਿਹੜੇ ਵੀਡੀਓ ਸਭ ਵੀ ਫਿਰਦੇ, ਬਿਲਕੁਲ ਪੁੱਛਾਂਗੇ ਪ੍ਰੂਫ, ਮੈਂ ਮੰਗੂਗਾ ਵੀ ਤੁਸੀਂ ਇਹ ਗੱਲਾਂ ਕਹੀਆਂ ਨਹੀਂ, ਕਿਹਨੇ ਕਹੀਆਂ? ਯੂਟਿਊਬ ਦੇ ਵਿੱਚ ਅੱਜ ਬੱਚਾ ਬੱਚਾ ਇਹ ਕਹਿ ਰਿਹਾ ਵੀ ਕਨਈਆ ਮਿੱਤਲ ਇੱਕ ਪਾਰਟੀ ਦਾ ਪ੍ਰਚਾਰ ਕਰਦਾ, ਉਹਨਾਂ ਨੂੰ ਯੋਗੀ ਆਦਿੱਤਿਆ ਨਾਥ ਤੇ ਗਾਣਾ ਲਿਖਿਆ ਬੜਾ ਵਧੀਆ ਲੱਗਦਾ ਹੋਣਾ, ਨੋ ਇਸ਼ੂ ਸਾਨੂੰ, ਕੋਈ ਡਾਊਟ ਨਹੀਂ ਹੈ, ਟਿਕਟ ਮੰਗਣੀ ਹੈ, ਰਾਜਨੀਤੀ ਕਰਨੀ ਹੈ, ਓਪਨ ਰਾਜਨੀਤੀ ਕਰੋ, ਭਗਵਾਨ ਰਾਮ ਦੇ ਨਾਂ ਤੇ ਰਾਜਨੀਤੀ ਨਾ ਕਰੋ। ਕਨਈਆ ਮਿੱਤਲ ਨੂੰ ਕੁਝ ਕਹਿਣਾ ਚਾਹੁੰਦੇ ਹੋ? ਕਨਈਆ ਮਿੱਤਲ ਨੂੰ ਕਹਿਣਾ ਵੀ ਚੰਗੀ, ਤੁਸੀਂ ਬਹੁਤ ਵਧੀਆ ਚੰਗੇ ਭਜਨ ਗਾਇਕ ਹੋ, ਆਪਣੀ ਗਾਇਕੀ ਕਰੋ, ਪਰ ਭਗਵਾਨ ਰਾਮ ਦੇ ਉੱਤੇ ਰਾਜਨੀਤੀ ਨਾ ਕਰੋ। ਤੁਸੀਂ ਹਿੰਦੂ ਹੋਣੇ, ਮੈਂ ਵੀ ਹਿੰਦੂ ਹਾਂ, ਉਨਾ ਹੀ ਸ਼ਾਇਦ ਕੋਈ ਹਿੰਦੂ, ਕੋਈ ਸਿੱਖ ਜਾਂ ਹਿੰਦੂ ਇਹ ਨਹੀਂ ਹੋ ਸਕਦਾ ਵੀ ਕੋਈ ਬਹੁਤ ਸੱਚਾ ਹਿੰਦੂ ਹੈ ਜਾਂ ਝੂਠਾ ਹਿੰਦੂ ਹੈ, ਜਾਂ ਬਹੁਤ ਜੈ ਸ਼੍ਰੀ ਰਾਮ ਦੇ ਚਾਰ ਨਾਰੇ ਲਾਉਣ ਨਾਲ ਕੋਈ ਸੱਚਾ ਹਿੰਦੂ ਨਹੀਂ ਬਣ ਜਾਂਦਾ। ਪਿੰਡਾਂ ਦੇ ਵਿੱਚ ਅਸੀਂ ਰਾਮ ਰਾਮ ਸਵੇਰੇ ਉੱਠਦੇ ਹੀ ਕਰਦੇ ਹੁੰਦੇ, ਕਿਸੇ ਦੇ ਘਰੇ ਜਾ ਕੇ ਵੀ ਰਾਮ ਰਾਮ ਕਹਿੰਦੇ ਹੁੰਦੇ ਸੀ, ਪਰ ਕਦੇ ਅਸੀਂ ਉਸਦਾ ਕਾਪੀਰਾਈਟ ਜਾਂ ਪੇਟੈਂਟ ਨਹੀਂ ਮੰਗਿਆ ਵੀ ਅਸੀਂ ਸ਼੍ਰੀ ਰਾਮ ਦੇ ਸੱਚੇ ਭਗਤ ਹੈ। ਸ਼੍ਰੀ ਰਾਮ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਜੇ ਰਾਜਨੀਤੀ ਟਿਕਟ ਚਾਹੀਦੀ ਹੈ ਟਿਕਟ ਲੜੋ, ਆਪਣੇ ਸਾਹਮਣੇ ਦੀ ਕੈਂਪੇਨਿੰਗ ਕਰਾਂਗੇ, ਲੜਾਈ ਲੜਾਂਗੇ ਅਤੇ ਦੇਖਦੇ ਹਾਂ ਤੁਹਾਨੂੰ, ਤੁਸੀਂ ਰਾਜਨੀਤੀ 'ਚ ਜਿੱਤ ਜਾਓ ਕਿ ਹਾਰ ਦਿਓ। 9 ਤਰੀਕ ਨੂੰ ਕੀ ਹੋਊਗਾ ਅਗਰ ਉਹ ਉਹਨਾਂ ਦੀ ਭਜਨ ਸੰਧਿਆ ਹੁੰਦੀ ਹੈ? 9 ਤਰੀਕ ਨੂੰ ਉਹਨਾਂ ਨੂੰ ਭਾਰੀ ਵਿਰੋਧ ਦੇਖਣਾ ਪੈਣਾ ਹੈ, ਬਲ ਅਤੇ ਦਲ ਨਾਲ ਆਉਣ, ਮੇਰਾ ਇਸ਼ਾਰਾ ਮੈਂ ਉਹਨਾਂ ਨੂੰ ਕਰਤਾ ਵੀ ਪੂਰੇ ਦਲ ਅਤੇ ਬਲ ਨਾਲ ਆਉਣ, ਖਿਲਾਫਤ ਹੋਊਗੀ ਕੈਂਪਸ ਦੇ ਵਿੱਚ, ਕਿਉਂਕਿ ਇਹ ਸਟੂਡੈਂਟ ਪੰਜਾਬ ਯੂਨੀਵਰਸਿਟੀ ਕੈਂਪਸ ਹੈ, ਇਹਨੂੰ JNU ਵਰਗਾ ਮਾਹੌਲ ਨਹੀਂ ਬਣਾਉਣ ਦੇਵਾਂਗੇ ਅਸੀਂ, ਤੁਸੀਂ ਸੋਚਦੇ ਹੋ ਐਵੇਂ ਦਾ ਕੁਝ ਨਹੀਂ ਹੋਣ ਦੇਵਾਂਗੇ, ਅਤੇ ਕੋਈ ਕੱਲ੍ਹ ਨੂੰ ਜੇ ਮੈਂ ਉਹੀ ਗੱਲ ਬਾਰ ਬਾਰ ਕਹਿ ਰਿਹਾ ਬਾਈ ਚਾਂਸ ਕੁਝ ਹੁੰਦਾ ਹੈ, ਫਿਰ ਇਹਨਾਂ ਨੇ ਕੀ ਕਰਨਾ, ਭਗਵਾਨ ਰਾਮ ਜੀ 'ਤੇ ਸਾਰੀ ਗੱਲ ਪਾ ਦੇਣੀ ਹੈ, ਭਗਵਾਨ ਰਾਮ ਨੂੰ ਛੱਡ ਦਿਓ, ਭਗਵਾਨ ਰਾਮ 'ਤੇ ਰਾਜਨੀਤੀ ਨਾ ਕਰੋ। ਬਹੁਤ ਬਹੁਤ ਧੰਨਵਾਦ, ਅਤੇ ਸਚਿਨ ਗਾਲਵ ਸਾਡੇ ਨਾਲ ਸੀਗੇ, ਤਮਾਮ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ, ਔਰ ਸਖ਼ਤ ਚੇਤਾਵਨੀ ਜਿਹੜੀ ਹੈ ਸਚਿਨ ਗਾਲਵ ਵੱਲੋਂ ਕਨਈਆ ਮਿੱਤਲ ਨੂੰ ਦੇ ਦਿੱਤੀ ਗਈ ਹੈ, ਅਗਰ ਉਹ 9 ਤਰੀਕ ਨੂੰ ਇੱਧਰ ਆਉਂਦੇ ਨੇ ਤਾਂ ਆਪਣੇ ਬਲ ਦੇ ਨਾਲ ਆਉਣ, ਅਗਰ ਉਹ 9 ਤਰੀਕ ਨੂੰ ਅਗਰ ਇੱਧਰ ਆ ਵੀ ਜਾਂਦੇ ਨੇ ਜਾਂ ਫਿਰ ਉਹਨਾਂ ਦਾ ਪ੍ਰੋਗਰਾਮ ਕੈਂਸਲ ਵੀ ਹੋ ਜਾਂਦਾ, ਅਗਰ ਕੈਂਸਲ ਹੋ ਜਾਂਦਾ ਤਾਂ ਕਿਹਾ ਜਾ ਰਿਹਾ ਕਿ ਕੁਛ ਨਹੀਂ ਆ, ਪਰ ਕਹਿ ਰਹੇ ਕਿ ਅਗਰ 9 ਤਰੀਕ ਨੂੰ ਫਿਰ ਵੀ ਆਉਂਦੇ ਨੇ ਤਾਂ ਆਪਣੀ ਪੂਰੀ ਤਿਆਰੀ ਕਰਕੇ ਆਉਣ ਕਿ ਇੱਧਰ ਵੱਡੇ ਲੈਵਲ 'ਤੇ ਉਹਨਾਂ ਦਾ ਸਟੂਡੈਂਟ ਜਿਹੜੇ ਨੇ ਪ੍ਰੋਟੈਸਟ ਕਰ ਸਕਦੇ ਨੇ। ਓਰੀਜਨਲੀ ਜਸਵੰਤ ਦੇ ਨਾਲ ਮਾਈ ਪੰਜਾਬੀ ਟੀਵੀ।